ਚੰਡੀਗੜ੍ਹ ਦੇ ਨਾਲੋਂ ਨੇੜੇ ਮੋਗਾ ਤੇ ਲਾਹੌਰ ਭਰਾ, ਆਉਣਾ ਜਾਣਾ ਡਾਢਾ ਔਖਾ, ਕਿੱਡਾ ਮੁਸ਼ਕਲ ਦੌਰ ਭਰਾ। ਫੁੱਲਾਂ ਵਾਲੀ ਸੁੰਦਰ ਧਰਤੀ ਟੋਟੇ ਟੋਟੇ ਹੋਈ ਹੈ, ਰਾਵੀ ਕੰਢੇ ਤਿਤਲੀਆਂ ਡੁਸਕਣ, ਸਤਲੁਜ ਕੰਢੇ ਭੌਰ ਭਰਾ, ਰਾਵੀ ਕੰਢੇ ਤਿਤਲੀਆਂ ਡੁਸਕਣ, ਰਾਵੀ ਕੰਢੇ ਭੌਰ ਭਰਾ। ਅਜੀਤ ਵੈੱਬ ਟੀਵੀ ਵੇਖ ਰਹੇ ਦਰਸ਼ਕੋ, ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਸਾਥੀ ਧਰਵਿੰਦਰ ਸਿੰਘ ਔਲਖ। ਅੱਜ ਅਸੀਂ ਦਰਦ 47 ਦਾ ਪ੍ਰੋਗਰਾਮ ਤਹਿਤ ਪਹੁੰਚੇ ਹੋਏ ਹਾਂ ਜੀ, ਪਿੰਡ ਚੇਤਨਪੁਰਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਅਤੇ ਇੱਥੇ ਅਸੀਂ ਅੱਜ ਮਿਲਾਂਗੇ ਬਾਪੂ ਬਾਲ ਸਿੰਘ ਜੀ, ਜਿਨ੍ਹਾਂ ਦਾ ਜਨਮ ਪਾਕਿਸਤਾਨ ਦੇ ਪਿੰਡ ਕੁੱਲ ਬਾਜਵਾ, ਜ਼ਿਲ੍ਹਾ ਸਿਆਲਕੋਟ ਦੇ ਵਿੱਚ ਹੋਇਆ। ਉਸ ਸਮੇਂ ਉਹ ਦੱਸਦੇ ਨੇ ਉਹਨਾਂ ਦੀ ਉਮਰ ਲਗਭਗ 30 ਸਾਲ ਸੀ, ਅਤੇ ਉਹਨਾਂ ਨੇ ਜਵਾਨੀ ਦਾ ਸਮਾਂ, ਬਚਪਨ ਦਾ ਸਮਾਂ ਪਾਕਿਸਤਾਨ ਦੇ ਵਿੱਚ ਗੁਜ਼ਾਰਿਆ। ਉਸ ਸਮੇਂ ਜਦੋਂ 47 ਦੀ ਵੰਡ ਹੋਈ, ਅਣਮਨੁੱਖੀ ਵੰਡ ਦੇ ਵਿੱਚ ਉਹਨਾਂ ਨੂੰ ਕਿਹੋ ਜਿਹਾ ਤਸ਼ੱਦਦ ਸਹਿਣਾ ਪਿਆ, ਕਿਸ ਢੰਗ ਦੇ ਨਾਲ ਉਹ ਆਪਣਾ ਘਰ ਪਰਿਵਾਰ ਛੱਡ ਕੇ, ਉਹ ਵੱਸਦੇ ਘਰਾਂ ਨੂੰ ਛੱਡ ਕੇ ਦੁਖੀ ਹਿਰਦੇ ਦੇ ਨਾਲ ਹਿੰਦੁਸਤਾਨ ਦੇ ਵਿੱਚ ਦਾਖਲ ਹੋਏ। ਅਤੇ ਉਹਨਾਂ ਤੰਗੀਆਂ ਤੁਰਸ਼ੀਆਂ ਦਾ ਜੋ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਆਈਆਂ, ਉਹਨਾਂ ਦਾ ਜ਼ਿਕਰ ਬਾਪੂ ਬਾਲ ਸਿੰਘ ਜੀ ਆਪ ਕਰਨਗੇ। ਅਤੇ ਆਓ ਮਿਲਦੇ ਹਾਂ ਬਾਪੂ ਬਾਲ ਸਿੰਘ ਜੀ ਦੇ ਨਾਲ। ਪਿਆਰੇ ਦਰਸ਼ਕੋ, ਸਾਡੇ ਨਾਲ ਮੌਜੂਦ ਨੇ ਬਾਪੂ ਬਾਲ ਸਿੰਘ ਜੀ। ਜਦੋਂ 1947 ਦੀ ਵੰਡ ਹੋਈ, ਉਸ ਸਮੇਂ ਇਹ ਦੱਸਦੇ ਨੇ ਕਿ ਭਰ ਜਵਾਨੀ ਦੇ ਵਿੱਚ ਸਨ। ਪਾਕਿਸਤਾਨ ਦੇ ਵਿੱਚ ਇਹਨਾਂ ਦਾ ਕੀ ਕਾਰੋਬਾਰ ਸੀ? ਜਦੋਂ 47 ਦੀ ਵੰਡ ਹੋਈ, ਉਸ ਸਮੇਂ ਇਹਨਾਂ ਨੂੰ ਕਿਸ ਢੰਗ ਦੇ ਨਾਲ ਆਪਣੇ ਘਰ ਬਾਰ ਛੱਡ ਕੇ ਇੱਧਰ ਆਉਣਾ ਪਿਆ, ਉਹ ਸਾਰੀਆਂ ਗੱਲਾਂ ਇਹਨਾਂ ਦੇ ਕੋਲੋਂ ਜਾਣਾਂਗੇ। ਇਹ ਬਾਪੂ ਜੀ, ਜਦੋਂ 47 ਦੀ ਵੰਡ ਹੋਈ, ਉਦੋਂ ਤੁਹਾਡੀ ਉਮਰ ਕਿੰਨੀ ਸੀ? 35 ਸਾਲ ਦੀ। ਅਤੇ ਤੁਹਾਡਾ ਪਿੰਡ ਕਿਹੜਾ ਸੀ ਅਤੇ ਜ਼ਿਲ੍ਹਾ ਕਿਹੜਾ ਸੀ? ਪਿੰਡ ਕੁੱਲ ਬਾਜਵਾ ਦਾ, ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ। ਵਾਹ। ਅਤੇ ਬਾਪੂ ਜੀ, ਤੁਹਾਡੇ ਪਿਤਾ ਜੀ ਦਾ ਨਾਂ ਅਤੇ ਮਾਤਾ ਜੀ ਦਾ ਕੀ ਨਾਂ ਸੀ? ਨਾਂ ਦਵਾਨ ਸਿੰਘ ਅਤੇ ਕਰਮ ਕੌਰ। ਅਤੇ ਕਿੰਨੇ ਭੈਣ ਭਰਾ ਸੀ ਤੁਸੀਂ? ਅਸੀਂ ਦੋ ਭੈਣਾਂ, ਇੱਕ ਭਰਾ। ਅਤੇ ਤੁਹਾਡਾ ਉੱਥੇ ਕਾਰੋਬਾਰ ਕੀ ਹੁੰਦਾ ਸੀ? ਕਾਰੋਬਾਰ ਜਿਹੜਾ ਸੀ ਉਹ ਦੁਕਾਨ ਕਰਿਆਨੇ ਦੀ ਅਤੇ ਕੱਪੜੇ ਦੀ ਵੀ। ਅੱਛਾ। ਅਤੇ ਬਾਪੂ ਜੀ, ਜਦੋਂ ਦੇਸ਼ ਦੀ ਵੰਡ ਹੁੰਦੀ ਆ, ਉਸ ਤੋਂ ਪਹਿਲਾਂ ਤੁਸੀਂ ਉੱਥੇ ਜਦੋਂ ਵੱਸਦੇ ਸੀ, ਤੁਹਾਡੇ ਉਹਨਾਂ ਦੇ ਮੁਸਲਮਾਨ ਪਰਿਵਾਰਾਂ ਦੇ ਨਾਲ ਵਰਤੋਂ ਵਿਹਾਰ ਕਿਹੋ ਜਿਹਾ ਹੁੰਦਾ ਸੀ? ਬਹੁਤ ਅੱਛਾ ਵਿਹਾਰ ਸੀ। ਅਤੇ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਘਰ ਸੀ, ਕਿੰਨੇ ਕੁ ਲੋਕ ਵੱਸਦੇ ਸੀ? ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 1400-1500 ਘਰ ਹੈਗਾ ਸੀ। ਅੱਛਾ। ਅਤੇ ਉਹਨਾਂ ਦਾ ਵਰਤੋਂ ਵਿਹਾਰ ਤੁਹਾਡਾ ਕਿਹੋ ਜਿਹਾ ਹੁੰਦਾ ਸੀ? ਵਰਤੋਂ ਵਿਹਾਰ ਵੀ ਬਹੁਤ ਸੋਹਣਾ ਸੀ। ਇਹ ਕਿਹੜੇ ਧਰਮਾਂ ਜਾਤਾਂ ਦੇ ਲੋਕ ਸੀ ਉੱਥੇ ਰਹਿੰਦੇ? ਉੱਥੇ ਜ਼ਿਮੀਂਦਾਰ ਵੀ, ਫਿਰ ਚਮਰੰਗ ਵੀ, ਖੱਤਰੀ ਵੀ, ਮਹਿਰੇ ਸਿੰਘ, ਸਾਰੀਆਂ ਜਾਤਾਂ ਦੇ ਸਨ। ਅਤੇ ਤੁਹਾਡੇ ਪਿੰਡ ਦੇ ਲਾਗੇ ਹੋਰ ਕਿਹੜੇ ਪਿੰਡ ਸੀ ਜਿਨ੍ਹਾਂ ਦੇ ਤੁਹਾਨੂੰ ਨਾਂ ਯਾਦ ਹੋਣ? ਸਾਡੇ ਪਿੰਡ ਦੇ ਕੋਲ ਕੋਰੇ ਕੇ, ਬੰਨ, ਭਲੇਰ, ਬਾਸੀ ਵਾਲਾ, ਦਾਤਾ। ਅਤੇ ਤੁਹਾਡਾ ਉੱਥੇ ਪਾਕਿਸਤਾਨ ਦੇ ਵਿੱਚ ਘਰ ਬਾਰ ਕਿਹੋ ਜਿਹਾ ਹੁੰਦਾ ਸੀ? ਕਿੱਡਾ ਕੁ ਘਰ ਸੀ ਤੁਹਾਡਾ? ਸਾਡਾ ਘਰ ਘੱਟ ਤੋਂ ਘੱਟ ਉਹਦੀ 35 ਕਰਮਾ ਚੌੜਾਈ ਅਤੇ 40 ਕਰਮਾ ਉਹਦੀ ਲੰਬਾਈ। ਤੁਹਾਡੇ ਉੱਥੇ ਦੋਸਤ ਕਿਹੜੇ ਹੁੰਦੇ ਸੀ, ਕੋਈ ਤੁਹਾਨੂੰ ਨਾਂ ਯਾਦ ਹੋਣਗੇ ਉਹਨਾਂ ਦੇ? ਉਹ ਗੁਲਾਮ ਮੁਹੰਮਦ ਸਨ, ਮੁਸਲਮਾਨ, ਉਹ ਬੱਕਰੀਆਂ ਵੀ ਰੱਖਦੇ ਸਨ। ਅੱਛਾ ਜੀ। ਫਿਰ ਉਹਨਾਂ ਦੇ ਜਿਹੜੇ ਲੜਕੇ ਸਨ, ਉਹਨਾਂ ਨਾਲ ਮਸ਼ਹੂਰ ਉਹ ਮੱਟੀਆਂ ਵੀ ਵਜਾਉਂਦੇ ਹੁੰਦੇ ਸਨ। ਤੁਹਾਡੇ ਪਿੰਡ ਦੇ ਵਿੱਚ ਕੋਈ ਸਕੂਲ ਜਾਂ ਹਸਪਤਾਲ ਹੁੰਦਾ ਸੀ? ਸਕੂਲ ਵੀ ਹੈਗਾ ਸੀ। ਅੱਛਾ। ਹਸਪਤਾਲ ਵੀ ਹੈਗਾ ਸੀ। ਤੇ ਤੁਹਾਨੂੰ ਕੋਈ ਪੜ੍ਹਨ ਦਾ ਮੌਕਾ ਮਿਲਿਆ ਸਕੂਲ ਦੇ ਵਿੱਚ? ਬਹੁਤ ਸੋਹਣਾ। ਇਹ ਕਿੰਨਾ ਪੜ੍ਹੇ ਤੁਸੀਂ ਫਿਰ ਉੱਥੇ? ਮੈਂ 5 ਜਮਾਤਾਂ ਉੱਥੇ ਪੜ੍ਹਿਆ ਵਾਂ। ਅੱਛਾ ਜੀ। ਤੇ ਬਾਪੂ ਜੀ, ਜਦੋਂ ਲਾ ਲਓ ਪਤਾ ਲੱਗਾ ਇਹ ਦੇਸ਼ ਦੀ ਵੰਡ ਹੋ ਰਹੀ ਆ, ਇਹ ਸੂਚਨਾ ਤੁਹਾਡੇ ਤੱਕ ਕਿਵੇਂ ਪਹੁੰਚੀ? ਇਹ ਆਪਣਾ ਵੇਖੋ ਜੀ, ਸਾਰੇ ਨੂੰ ਪਤਾ ਲੱਗ ਗਿਆ ਸੀ 1947 ਜਦੋਂ ਬਣਿਆ ਵਾ। ਤੇ ਜਦੋਂ ਤੁਹਾਨੂੰ ਜਾਪਿਆ ਵੀ ਆਪਣੇ ਘਰ ਛੱਡ ਕੇ ਜਾਣਾ ਪੈਣਾ, ਫਿਰ ਤੁਸੀਂ ਆਪਣੇ ਘਰਾਂ ਤੋਂ ਕਿਹੜਾ ਕਿਹੜਾ ਜ਼ਰੂਰੀ ਆਪਣਾ ਸਮਾਨ ਲੈ ਕੇ ਨਿਕਲੇ? ਅਸੀਂ ਕੋਈ ਸਮਾਨ ਨਹੀਂ ਲੈ ਕੇ ਆਏ। ਅੱਛਾ। ਤੇ ਤੁਹਾਡੇ ਕਾਫਲੇ ਦੇ ਵਿੱਚ ਕੌਣ ਕੌਣ ਸੀ, ਕਿੰਨੇ ਕੁ ਲੋਕ ਸੀ? ਸਾਡੇ ਕਾਫਲੇ ਦੇ ਵਿੱਚ ਉਸ ਵੇਲੇ ਘੱਟ ਤੋਂ ਘੱਟ 12,000-14,000 ਆਦਮੀ ਸੀ। ਤੇ ਤੁਹਾਡੇ ਕਾਫਲੇ ਤੇ ਜਾਂ ਤੁਹਾਡੇ ਪਿੰਡ ਤੇ ਕਦੇ ਕੋਈ ਉਸ ਸਮੇਂ ਹਮਲਾ ਹੋਇਆ ਮੁਸਲਮਾਨਾਂ ਵੱਲੋਂ? ਸਾਡੇ ਸਮੇਂ ਨਹੀਂ ਹੋਇਆ। ਅੱਛਾ। ਕਿਸੇ ਤੁਹਾਡੇ ਜੀ ਦਾ ਜਾਂ ਪਿੰਡ ਦੇ ਵਿੱਚ ਕੋਈ ਨੁਕਸਾਨ ਹੋਇਆ ਹੋਵੇ ਕਿਸੇ ਦਾ? ਨਹੀਂ ਹੋਇਆ। ਤੇ ਬਾਪੂ ਜੀ, ਜਦੋਂ ਤੁਸੀਂ ਵਾਪਸ ਆ ਰਹੇ ਸੀ,
उस समय ਤੁਹਾਡੇ ਕੋਲ ਆਉਣ ਦਾ ਕਿਹੜਾ ਪ੍ਰਬੰਧ ਸੀ? ਗੱਡੇ ਸਨ, ਘੋੜੇ ਸਨ, ਜਾਂ ਤੁਰ ਕੇ ਆਏ? ਕਿਵੇਂ ਆਏ ਤੁਸੀਂ? ਉਦੋਂ ਪਸਰੂਰ ਤੱਕ ਤੁਰਦੇ ਆਏ। ਅੱਛਾ। ਅੱਗੋਂ ਆ ਕੇ ਤੁਰਦੇ ਆ, ਫੇਰ ਇਹ ਦਰਿਆ ਪਾਰ ਕੀਤਾ ਡੇਰੇ ਵਾਲਾ ਪੁਲ। ਤੇ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਰਸਤੇ ਦੇ ਵਿੱਚ ਆਉਂਦਿਆਂ ਇੱਧਰ ਭਾਰਤ ਦੇ ਵਿੱਚ? ਇਹ 15-18 ਦਿਨ ਲੱਗ ਗਏ ਸਨ। ਤੇ ਜਿਹੜੀਆਂ ਉਸ ਸਮੇਂ ਦੱਸਦੇ ਆ ਵੀ ਵੱਢ ਫੱਟ ਹੋਈ ਵੱਡੀ ਪੱਧਰ ਦੇ ਉੱਤੇ, ਕਤਲੋ ਗਾਰਤ ਹੋਈ ਦੋਵੇਂ ਪਾਸਿਆਂ ਦੀ, ਤੁਸੀਂ ਕੋਈ ਇਹੋ ਜਿਹਾ ਮੰਜ਼ਰ ਆਪਣੀਆਂ ਅੱਖਾਂ ਨਾਲ ਵੇਖਿਆ? ਮੈਂ ਨਹੀਂ ਦੇਖਿਆ। ਤੇ ਬਾਪੂ ਜੀ, ਜਦੋਂ ਤੁਸੀਂ ਰਸਤੇ ਦੇ ਵਿੱਚ ਆ ਰਹੇ ਸੀ, ਉਸ ਸਮੇਂ ਤੁਹਾਡੇ ਕੋਲ ਖਾਣ ਪੀਣ ਦਾ ਕੀ ਪ੍ਰਬੰਧ ਸੀ, ਪਾਣੀ ਦਾ ਕੀ ਪ੍ਰਬੰਧ ਸੀ? ਬਹੁਤ ਸੋਹਣਾ ਸੀ। ਕਿਸ ਢੰਗ ਦੇ ਨਾਲ ਸੋਹਣਾ ਸੀ ਜੀ? ਸੋਹਣਾ, ਪਾਣੀ ਵੀ ਸਾਨੂੰ ਮਿਲ ਰਿਹਾ ਸੀ ਠੀਕ। ਕਿੱਥੋਂ ਮਿਲਦਾ ਸੀ ਪਾਣੀ? ਪਾਣੀ ਸਾਨੂੰ ਮਿਲਦਾ ਸੀ ਆਪਣਾ ਖੂਹੀਆਂ ਤੋਂ ਵੀ, ਉਹ ਟਾਂਚੀਆਂ ਤੋਂ ਵੀ। ਖਾਣੇ ਦਾ ਕੀ ਪ੍ਰਬੰਧ ਸੀ, ਰੋਟੀ ਦਾ ਤੁਹਾਡਾ? ਖਾਣੇ ਦਾ ਪ੍ਰਬੰਧ ਸਾਨੂੰ ਇੱਕ ਧਰਮਕੋਟ ਦਾ ਸਰਦਾਰ ਸੀ, ਉਹ ਸਾਨੂੰ ਸਾਰਾ ਗੁੜ ਆਟਾ ਹਰ ਚੀਜ਼ ਦਿੰਦਾ ਸੀ। ਅੱਛਾ। ਉਹ ਕਾਫਲੇ ਦੇ ਵਿੱਚ ਨਾਲ ਆ ਰਿਹਾ ਸੀ ਤੁਹਾਡੇ? ਉਹ ਕਾਫਲੇ ਦੇ ਨਾਲ ਆਇਆ ਹੈ। ਅੱਛਾ। ਔਰ ਉਹ ਹਰ ਇੱਕ ਚੀਜ਼ ਨੂੰ, ਉਹ ਹਰ ਇੱਕ ਚੀਜ਼ ਦਿੰਦਾ ਸੀ। ਤੇ ਤੁਸੀਂ ਫਿਰ ਕਿਧਰੇ ਪਾਸੇ ਆ ਗਏ ਤੇ ਕਰੋਸ ਕੀਤਾ ਬਾਰਡਰ? ਬਾਰਡਰ ਅਸੀਂ ਕਰੋਸ ਡੇਰੇ ਵਾਲਾ ਪੁਲ। ਡੇਰੇ ਵਾਲਾ ਪੁਲ ਉੱਥੋਂ ਆ ਕੇ ਤੇ ਫਿਰ ਤੁਸੀਂ ਕਿੱਥੇ ਵਸੇ? ਫਿਰ ਅਸੀਂ ਵਸੇ ਆ ਗੱਜੂਗਾਜ ਪਿੰਡ। ਅੱਛਾ। ਗੱਜੂਗਾਜ ਤੋਂ ਫਿਰ ਅਸੀਂ ਨੱਥੂ ਖਹਿਰਾ ਖੱਜਰ ਤੇ ਹੋਣਾ ਪੈਂਦਾ, ਤੇ ਫਿਰ ਅਸੀਂ ਰਿਊ ਚੋਲਟੀ ਗਏ ਆ। ਰਿਊ ਚੋਲਟੀ ਤੋਂ ਫਿਰ ਇੱਥੇ ਆ ਗਏ ਆ ਚੇਤਨਪੁਰੇ। ਅੱਛਾ। ਚੇਤਨਪੁਰੇ ਆ ਕੇ ਫਿਰ ਪੱਕੇ ਤੌਰ ਤੇ ਤੁਸੀਂ ਵਸ ਗਏ ਇੱਥੇ? ਕਿਸ ਢੰਗ ਦੇ ਨਾਲ ਫਿਰ ਪਹੁੰਚੇ ਤੁਸੀਂ ਇੱਥੇ? ਵੀ ਵੇਖੋ, ਸਾਡੇ ਚਾਚੇ ਜੀ ਹਨ ਇੱਥੇ, ਉਹਨਾਂ ਫਿਰ ਲੈਣ ਦਾ ਇੱਥੇ ਕੋਲ ਮੈਨੂੰ, ਉੱਥੇ ਲਿਆ ਕੇ ਤੇ ਫਿਰ ਆਪਣਾ ਕਾਰੋਬਾਰ ਕੱਪੜੇ ਦਾ ਕੀਤਾ। ਤੇ ਜਿਵੇਂ ਤੁਸੀਂ ਆਪਣੇ ਕੰਮ ਕਾਰ ਉੱਥੇ ਛੱਡ ਕੇ ਆਏ ਸੀ, ਇੱਥੇ ਉਸ ਢੰਗ ਦਾ ਕੋਈ ਕਾਰੋਬਾਰ ਮਿਲਿਆ ਜਾਂ ਸਰਕਾਰ ਨੇ ਕਿਸੇ ਕਿਸਮ ਦੀ ਕੋਈ ਮਦਦ ਕੀਤੀ ਤੁਹਾਡੀ? ਕੋਈ ਨਹੀਂ ਕੀਤੀ। ਅੱਛਾ। ਤੇ ਕਿਵੇਂ ਤੁਸੀਂ ਆਪਣੇ ਆਪ ਨੂੰ ਫਿਰ ਦੁਬਾਰਾ ਸਥਾਪਿਤ ਕੀਤਾ? ਕਾਰੋਬਾਰ ਕਿਸ ਢੰਗ ਦੇ ਨਾਲ ਸ਼ੁਰੂ ਕੀਤਾ ਫਿਰ? ਇਹ ਜਿਹੜਾ ਕਾਰੋਬਾਰ ਆਪਣਾ ਆਪ ਹੀ ਉਹ ਦਿਮਾਗ ਦੇ ਨਾਲ ਕੀਤਾ, ਮੈਂ ਕੱਪੜੇ ਦਾ ਕੀਤਾ। ਤੇ ਜਦੋਂ ਤੁਸੀਂ ਪਾਕਿਸਤਾਨ ਦੇ ਵਿੱਚੋਂ ਇੱਧਰ ਆ ਗਏ, ਹੁਣ ਇਹ ਸਮੇਂ ਨੂੰ ਕੋਈ 72-73 ਸਾਲ ਬੀਤ ਗਏ ਨੇ, ਕੀ ਤੁਹਾਨੂੰ ਦੁਬਾਰਾ ਪਾਕਿਸਤਾਨ ਜਾ ਕੇ ਆਪਣਾ ਘਰ ਆਪਣਾ ਪਿੰਡ ਵੇਖਣ ਦਾ ਮੌਕਾ ਮਿਲਿਆ ਕਦੇ? ਨਹੀਂ ਮਿਲਿਆ। ਇਹ ਕੀ ਕਾਰਨ, ਤੁਸੀਂ ਕੋਸ਼ਿਸ਼ ਨਹੀਂ ਕੀਤੀ ਜਾਂ ਮੌਕਾ ਹੀ ਨਹੀਂ ਮਿਲਿਆ? ਨਹੀਂ ਕੀਤੀ, ਕੋਸ਼ਿਸ਼ ਨਹੀਂ ਕੀਤੀ। ਅੱਛਾ। ਤੇ ਬਾਪੂ ਜੀ, ਤੁਸੀਂ ਸਮੇਂ ਉਹ ਵੀ ਵੇਖੇ ਨੇ ਤੇ ਇੱਧਰ ਆ ਕੇ ਵੀ ਤੁਸੀਂ ਰਹਿ ਰਹੇ ਹੋ, ਇਹ ਸਮੇਂ ਉਹ ਚੰਗੇ ਹੁੰਦੇ ਸੀ ਕਿ ਇਹ ਸਮੇਂ ਚੰਗੇ ਨੇ? ਸਮੇਂ ਤੇ ਉਹ ਚੰਗੇ ਸਨ। ਹਾਂਜੀ। ਤੇ ਇਹ ਹੁਣ ਆਪੇ ਹੀ ਚੰਗੇ ਲੱਗਣ, ਜਦੋਂ ਇਹ ਸਮਾਂ ਵੇਖ ਲਿਆ ਆ ਜਿਹੜਾ ਵਾ, ਆਪੇ ਚੰਗੇ ਲੱਗਾ ਇਹ ਵੀ। ਤੇ ਤੁਹਾਨੂੰ ਇਸ ਗੱਲ ਦਾ ਝੋਰਾ ਨਹੀਂ ਹੁੰਦਾ ਵੀ ਤੁਸੀਂ ਆਪਣੇ ਕਾਰੋਬਾਰ ਜਿਹੜੇ ਸਾਰੇ ਘਰ ਸਾਰਾ ਕੁਝ ਛੱਡ ਕੇ ਆ ਗਏ ਤੇ ਦੁਬਾਰਾ ਤੁਹਾਨੂੰ ਆ ਕੇ ਮਿਹਨਤ ਮੁਸ਼ਕਤ ਕਰਕੇ ਕਾਮਯਾਬ ਹੋਣਾ ਪਿਆ, ਇਸ ਗੱਲ ਦਾ ਤੁਹਾਨੂੰ ਕੋਈ ਅਫਸੋਸ ਹੈ? ਮੈਨੂੰ ਕੋਈ ਅਫਸੋਸ ਨਹੀਂ ਹੈ। ਅੱਛਾ। ਔਰ ਮੈਂ ਜੋ ਕਰਮ ਕਰਕੇ ਆਇਆ, ਜੋ ਭੋਗਣਾ ਪਿਆ। ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਨੇ? ਹੁਣ ਪਰਿਵਾਰ ਦੇ ਵਿੱਚ ਜਿਹੜਾ ਵੱਡਾ ਮੈਂਬਰ ਸੀ ਸਾਡੇ ਚਾਚਾ ਜੀ ਇੱਥੇ ਲਿਆਉਣ ਵਾਲੇ, ਉਹ ਵੀ ਆਪਣਾ ਚੜਾਈ ਕਰਕੇ, ਬਾਕੀ ਮੈਂ ਵਾਂ ਵੱਡਾ ਪਰਿਵਾਰ ਵਿੱਚ, ਤੇ ਮੈਂ ਵੀ ਜਾਣਾ ਜੀ। ਤੇ ਬੱਚੇ ਕਿੰਨੇ ਜੀ ਆਪਣੇ? ਬੱਚੇ ਮੇਰੇ 4। ਤੇ ਬੱਚੇ ਕੀ ਕਾਰੋਬਾਰ ਕਰਦੇ ਨੇ? ਸੋਨਾ ਕਰਦੇ ਨੇ। ਅੱਛਾ। ਉਹ ਵੀ ਕੱਪੜੇ ਦਾ ਕਰਦੇ ਨੇ। ਤੇ ਤੁਸੀਂ ਹੁਣ ਅੱਜ ਤੱਕ ਵੀ ਕਾਰੋਬਾਰ ਕਰਦੇ ਹੋ ਆਪ ਵੀ? ਮੈਂ ਆਪ ਕਰਨਾ ਕਾਰੋਬਾਰ। ਤੁਹਾਡੀ ਇੰਨੀ ਜ਼ਿਆਦਾ ਉਮਰ ਹੋ ਚੁੱਕੀ ਆ ਤੇ ਤੁਸੀਂ ਵਧੀਆ ਢੰਗ ਦੇ ਨਾਲ ਸਾਰਾ ਕਾਰੋਬਾਰ ਕਰੀ ਜਾਂਦੇ ਹੋ? ਮੈਂ ਵਧੀਆ ਢੰਗ ਨਾਲ ਕਰਨਾ ਵਾ। ਇਹਦਾ ਕੀ ਕਾਰਨ, ਮਤਲਬ ਤੁਹਾਡੀ ਸਿਹਤ ਅਜੇ ਵੀ ਕਾਇਮ ਆ, ਤੇ ਕੀ ਤੁਹਾਡੀ ਖੁਰਾਕ ਦੇ ਵਿੱਚ ਸ਼ਾਮਿਲ ਆ? ਖੁਰਾਕ ਮੇਰੀ ਇਹ ਹੈ, ਮੈਂ ਜਿਉਂ ਤੋਂ ਹੋ ਸੰਭਾਲੀ ਹੈ, ਮੈਂ ਆਪਣਾ ਕੇਸੀ ਇਸ਼ਨਾਨ ਕਰਨਾ ਤੇ ਤੇਲ ਤਾਲ ਪਿੰਡੇ ਨੂੰ ਲਾ ਕੇ ਤੇ ਆਪਣਾ ਠੀਕ ਹੈ। ਖੁਰਾਕ ਮੇਰੀ ਇਹੋ ਹੀ ਹੈ, ਹੋਰ ਕੋਈ ਖੁਰਾਕ ਨਹੀਂ। ਇਹ ਸਨ ਬਾਪੂ ਬਾਲ ਸਿੰਘ ਜੀ, ਪਾਕਿਸਤਾਨ ਦੀ ਵੰਡ ਦੇ ਵਿੱਚ ਇਹ ਆਪਣਾ ਘਰ ਬਾਰ ਛੱਡ ਕੇ ਆਏ, ਪਰ ਉਸ ਨੂੰ ਇਹ ਅਫਸੋਸ ਵਜੋਂ ਨਹੀਂ ਲੈਂਦੇ, ਕਹਿੰਦੇ ਜੋ ਮੇਰੇ ਕਰਮਾਂ ਦੇ ਵਿੱਚ ਸੀ ਉਹ ਅਸੀਂ ਭੋਗਿਆ। ਤੇ ਇੱਧਰ ਆ ਕੇ ਇਹਨਾਂ ਨੇ ਆਪਣਾ ਕੱਪੜੇ ਦਾ ਕਾਰੋਬਾਰ ਜੋ ਪਾਕਿਸਤਾਨ ਦੇ ਵਿੱਚ ਕਰਦੇ ਸਨ ਉਹ ਆ ਕੇ ਇਹਨਾਂ ਨੇ ਸ਼ੁਰੂ ਕੀਤਾ ਤੇ ਆਪਣੀ ਵਧੀਆ ਜ਼ਿੰਦਗੀ ਬਸਰ ਕਰ ਰਹੇ ਨੇ, ਇਹਨਾਂ ਦੇ ਬੱਚੇ ਵੀ ਕੰਮ ਕਰ ਰਹੇ ਨੇ। ਤੇ ਇੰਨੀ ਜ਼ਿਆਦਾ ਉਮਰ ਹੋਣ ਦੇ ਬਾਵਜੂਦ ਵੀ ਹੁਣ ਤੱਕ ਆਪਣਾ ਕਾਰੋਬਾਰ ਉਹ ਆਪ ਕਰਦੇ ਨੇ, ਆਪ ਸੰਭਾਲਦੇ ਨੇ।
ਤੇ ਇਹੋ ਜਿਹੇ ਬਜ਼ੁਰਗਾਂ ਦੀ ਜਿਹੜੀ ਆ ਬੜੀ ਲੋੜ ਆ ਸਮਾਜ ਨੂੰ। ਅਸੀਂ ਇਹ ਉਮੀਦ ਕਰਦੇ ਹਾਂ ਵੀ ਇਹ ਆਖਰੀ ਸਮੇਂ ਤੱਕ ਵੀ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਵਧੀਆ ਢੰਗ ਦੇ ਨਾਲ ਬਿਤਾਉਂਦੇ ਰਹਿਣਗੇ। ਅਤੇ ਦੋਸਤੋ ਤੁਹਾਡੇ ਕੋਲੋਂ ਚਾਹੁੰਦੇ ਹਾਂ ਇਜਾਜ਼ਤ। ਮੈਂ ਧਰਵਿੰਦਰ ਸਿੰਘ ਔਲਖ, ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਮਹਾਂਵੀਰ ਸਿੰਘ ਗਿੱਲ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਹੋਰ ਬਜ਼ੁਰਗ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।